ਮਨੁੱਖ ਜਿਉਂ-ਜਿਉਂ ਆਧੁਨਿਕਤਾ ਦੇ ਵੱਲ ਵਧ ਰਿਹਾਗਾ ਉਸੇ ਤਰੀਕੋ ਜਿਹੜਾ ਪਿੱਛੇ ਆਪਣੀਆਂ ਰਵਾਇਤੀ ਚੀਜ਼ਾਂ ਨੇ ਉਸ ਨੂੰ ਗਵਾਉਂਦਾ ਆ ਰਿਹਾਗਾ ਜੇ ਪੰਜਾਬ 'ਚ ਗੱਲ ਕਰੀਏ ਤਾਂ ਪੰਜਾਬ 'ਚ ਇਸ ਸਮੇਂ ਲਗਾਤਾਰ ਜਿਹੜੇ ਰਵਾਇਤੀ ਪੰਛੀ ਨੇਗੇ ਜਾਂ ਰਵਾਇਤੀ ਫਸਲਾਂ ਨੇਗੀਆਂ ਉਹ ਖਤਮ ਹੁੰਦੀਆਂ ਜਾ ਰਹੀਆਂ ਨੇਗੀਆਂ ਜਿਸ ਦੇ ਚੱਲਦਿਆਂ ਸਾਡੇ ਜਿਹੜੇ ਸਮਾਜਿਕ ਵਿਗਾੜ ਨੇ ਚਾਹੇ ਮਾਨਸਿਕ ਵਿਗਾੜ ਨੇਗੇ ਉਹ ਸਾਹਮਣੇ ਆ ਰਹੇ ਨੇਗੇ ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਨੇ ਜੋ ਇਨ੍ਹਾਂ ਚੀਜ਼ਾਂ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਇਸੇ ਦੇ ਤਹਿਤ ਸੰਗਰੂਰ ਦੇ ਪਿੰਡ ਛੱਠਾ ਨन्हेੜਾ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਆਪਣੇ ਖੇਤ ਦੇ ਵਿੱਚ ਉਪਰਾਲਾ ਕੀਤਾ ਗਿਆ ਕਿ ਉਹਨਾਂ ਨੇ ਆਪਣੀ ਪੰਜ ਕਨਾਲ ਜ਼ਮੀਨ ਦੇ ਵਿੱਚ ਪੰਛੀਆਂ ਲਈ ਬਾਜਰਾ ਬੀਜਿਆ ਸੀਗਾ ਜਿਸ ਦਾ ਕੀ ਉਹਨਾਂ ਨੂੰ ਜਿਹੜਾ ਇਸ ਸਮੇਂ ਨਤੀਜਾ ਹੈਗਾ ਉਹ ਤੁਹਾਡੇ ਸਾਹਮਣੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜਿਹੜਾ ਅੱਧ ਤੋਂ ਜ਼ਿਆਦਾ ਬਾਜਰਾ ਹੈਗਾ ਉਹ ਪੰਛੀਆਂ ਨੇ ਜਿਸ ਦੇ ਵਿੱਚ ਤੋਤੇ ਨੇ ਚਿੜੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਪੰਛੀ ਨੇਗੇ ਜਿਹੜੇ ਇੱਥੇ ਆਉਣਾ ਸ਼ੁਰੂ ਹੋ ਗਏ ਨੇ ਸਾਡੇ ਨਾਲ ਲక్ష్మణ ਸਿੰਘ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਹੈਗਾ ਲక్ష్ਮਣ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਉਪਰਾਲਾ ਕੀਤਾ ਸੀ ਇਹਦਾ ਨਤੀਜਾ ਜ ਤੁਹਾਡੇ ਸਾਹਮਣੇ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਬ੍ਰਦਰ ਇਹ ਕੁਲਵੀਰ ਜੀ ਸੀਜ਼ ਬਹੁਤ ਸੋਹਣਾ ਹੈ ਮੇਰੇ ਮੈਂ ਪਿਛਲੇ 16 ਸਾਲ ਤੋਂ ਵਾਤਾਵਰਣ ਨੂੰ ਬਚਾਉਣ ਲਈ ਪੰਛੀ ਨੂੰ ਬਚਾਉਣ ਲਈ ਐਫਰਟ ਕਰ ਰਿਹਾ ਹਾਂ ਪਰ ਆਹ ਚੀਜ਼ ਮੇਰੇ ਕਦੇ ਵੀ ਦਿਮਾਗ 'ਚ ਨਹੀਂ ਆਈ ਵੀ ਆਪਾਂ ਪੰਛੀ ਮਲਕੇ ਪੰਛੀ ਨੂੰ ਵੈਦਾਂ ਨੈਚੁਰਲੀ ਫੂਡ ਦੇ ਸਕਦੇ ਹਾਂ ਹੁਣ ਮਾਰਚ ਦੇ ਵਿੱਚ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ ਸੀਗੇ ਉਹ ਕਾਫੀ ਚੀਜ਼ਾਂ ਦਾ ਕਰਦੇ ਸੀਗੇ ਜਿਵੇਂ ਉਹ ਬਾਜਰਾ ਖਰੀਦ ਕੇ ਲੈ ਕੇ ਆਉਂਦੇ ਸੀ ਮੋਲ ਸਰਦੀਆਂ ਦੇ ਵਿੱਚ ਸਰਦੀਆਂ 'ਚ ਉਹ ਬਾਜਰਾ ਖਰੀਦ ਕੇ ਮੇਰੇ ਪਿੰਡ ਸਮੇਤ ਨਾਲ ਦੇ ਕਈ ਪਿੰਡਾਂ ਦੀਆਂ ਨਾਜ਼ ਮੰਡੀਆਂ ਧਰਮਕਸਤਾਨਾਂ ਤੇ ਬਾਜਰਾ ਦੇ ਕੇ ਆਉਂਦੇ ਸੀ ਪੰਛੀਆਂ ਨੂੰ ਪਾਉਣ ਦੇ ਲਈ ਉਹਨਾਂ ਦਾ ਮੰਨਣਾ ਸੀ ਵੀ ਸਰਦੀਆਂ ਦੇ ਵਿੱਚ ਪੰਛੀਆਂ ਤੋਂ ਲੰਮੀ ਉਡਾਰੀ ਨਹੀਂ ਮਾਰੀ ਜਾਂਦੀ ਧੁੰਦ ਦੇ ਵਿੱਚ ਉਹ ਨੇੜੇ ਉਹਨਾਂ ਨੂੰ ਫੂਡ ਦੇਣ ਦੀ ਕੋਸ਼ਿਸ਼ ਕਰਦੇ ਸੀ ਜਿੰਨਾ ਕੋ ਐਫਰਟ ਜਿੰਨੀ ਜਿੰਨਾ ਕੋ ਪ੍ਰਾਲਾਉ ਕਰ ਸਕਦੇ ਸੀਗੇ ਹੁਣ ਉਹਨਾਂ ਦੇ ਸਵਰਗਵਾਸੋਂ ਤੋਂ ਬਾਅਦ ਮੇਰੇ ਇੱਕਦਮ ਇਹ ਚੀਜ਼ ਦਿਮਾਗ ਦੇ ਵਿੱਚ ਆਈ ਯਾਰ ਵੀ ਆਪਾਂ ਬਾਜਰਾ ਵੇਚਦੇ ਆ ਨਿੱਕੇ ਹੁੰਦਿਆਂ ਨੇ ਅਸੀਂ ਬਹੁਤ ਕੁਝ ਦੇਖਿਆ ਬਹੁਤ ਫਸਲਾਂ ਦੇਖੀਆਂ ਨੇ 15 ਤੋਂ ਵੱਧ ਅੱਜ ਪੰਜਾਬ 'ਚ ਦੋ ਹੀ ਫਸਲਾਂ ਰਹਿ ਗਈਆਂ ਕਣਕ ਤੇ ਝੋਨਾ ਹਮ ਪਰ ਜਿਹੜੀਆਂ ਸਾਡੀਆਂ ਵਿਰਾਸਤੀ ਫਸਲਾਂ ਨੇਗੀਆਂ ਬਾਜਰਾ, ਜਵਾਰ, ਮੱਕੀ, ਛੋਲੇ, ਮੂੰਗੀ ਬਹੁਤ ਸਾਰੀਆਂ 15 ਤੋਂ ਵੱਧ ਉਹ ਖਤਮ ਹੋ ਗਈਆਂ ਹਮ ਲਿੱਕੇ ਹੁੰਦੇ ਸੀ ਦੇਖਦੇ ਪੰਛੀ ਨਾ ਤੇ ਮੱਕੀ ਦੇ ਕੁਕੁਛੱਲੀਆਂ ਤੇ ਬਹਿ ਕੇ ਬਾਜਰੇ ਸਿੱਟੀਆਂ ਤੇ ਬਹਿ ਕੇ ਦਾਣੇ ਚੁਗਦੇ ਹੁੰਦੇ ਤੇ ਉਹ ਚੀਜ਼ ਮੈਂ ਵਾਪਸ ਲੈ ਕੇ ਆਇਆ ਅੱਜ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਦ੍ਰਿਸ਼ ਕਿੰਨਾ ਕੁਦਰਤ ਨੇਚਰਲ ਕਿੰਨੀ ਸੋਹਣੀ ਲੱਗਦੀ ਹੈ ਚੀਜ਼ ਕਿ ਪੈਰਟ ਚਿੜੀਆਂ ਬੈਠੇ ਬਾਜਰੇ ਸਿੱਟੀਆਂ ਤੇ ਦਾਣੇ ਖਾ ਰਹੇ ਨੇਗੇ ਪੈਰਟ ਨਿੱਕੇ ਨਿੱਕੇ ਬਾਹਰੋਂ ਤੋੜ ਤੋੜ ਕੇ ਲੈ ਜਾਂਦੇ ਨੇ ਉੱਪਰੋਂ ਸਿੱਟਿਆਂ ਨੂੰ ਫਿਰ 베ਰੀਆਂ ਤੇ ਦਰਖਤਾਂ ਤੇ ਬੈਠ ਬੈਠ ਕੇ ਉਹਨੂੰ ਖਾਂਦੇ ਨੇਗੇ ਅੱਧ ਤੋਂ ਵੱਧ ਬਾਜਰਾ ਖਾ ਲਿਆ ਪਿਛਲੇ ਡੇਢ ਮਹੀਨੇ ਤੋਂ ਕਿਰੇ ਚੱਲ ਰਹੀ ਆ ਇੱਕ ਮਹੀਨਾ ਹਾਲੇ ਹੋਰ ਚੱਲਣੀ ਆ ਇਹ ਤੇ ਆਪਾਂ ਹੁਣ ਅੱਗੇ ਤੋਂ ਇੱਕ ਇਹ ਸੰਕਲਪ ਲਿਆ ਕਿ ਦੋ ਵਾਰ ਬਜਰੇ ਦੀ ਫਸਲ ਬੀਜਿਆ ਕਰਾਂਗੇ ਜਿਹੜਾ ਸਰਦੀਆਂ ਵਾਲਾ ਆਪਣਾ ਫਾਦਰ ਸਾਹਿਬ ਵਾਲਾ ਉਹਨੂੰ ਵੀ ਆਪਾਂ ਜਾਰੀ ਰੱਖਣਾ ਉਹ ਉਹ ਵੀ ਐਫਰਟ ਐਫਰਟ ਕਰਾਂਗੇ ਕਿਉਂਕਿ ਜਦੋਂ ਗਰਮੀ ਦੇ ਵਿੱਚ ਆ ਕੱਚਾ ਬਜਰਾ ਠੰਡਾ ਹੁੰਦਾ ਪੱਕ ਕੇ ਬਜਰਾ ਗਰਮ ਹੁੰਦਾ ਸੋ ਉਹ ਐਫਰਟ ਵੀ ਕਰਾਂਗੇ ਆਪਾਂ ਇਹਨੂੰ ਵੀ ਜਾਰੀ ਰੱਖਾਂਗੇ ਆਪਾਂ ਜਿੰਨਾ ਟਾਈਮ ਲਾਈਫ ਆ ਜ਼ਿੰਦਗੀ ਆ ਆਪਾਂ ਵਾਤਾਵਰਨ ਨੂੰ ਬਚਾਉਣ ਲਈ ਮੈਂ ਜਿਵੇਂ ਪਾਣੀ ਲਈ ਰੱਖਣ ਲਈ ਮਿੱਟੀ ਦੇ ਕਟੋਰੇ ਵੰਡਦਾ ਪਿਛਲੇ 16 ਸਾਲ ਤੋਂ 2000 ਤੋਂ ਵੱਧ ਘਟੋਰਾ ਵੰਡ ਚੁੱਕਿਆ ਮੈਂ ਆਲ ਨੇ ਬਣਾਉਣ ਦਾ ਲਗਾਉਣ ਦਾ ਵੰਡਣ ਦਾ ਕਾਰਜ ਆ ਆਪਣਾ ਔਰ ਉਹ ਇਸ ਸਿਤ ਤੇ ਇੱਕ ਸੇਵਾ ਆਪਣਾ ਨਿੱਜੀ ਆਪਣਾ ਮਿਸ਼ਨ ਆ ਕੋਈ ਐਨ ਜੀਓ ਨਹੀਂ ਆਪਾਂ ਕਿਸੇ ਤੋਂ ਕੁਝ ਇਹਦੇ ਲਈ ਕੋਈ ਸੇਵਾ ਨਹੀਂ ਲੈਂਦੇ ਆਪਦੀ ਇਨਕਮ ਚੋਂ ਆਪਣੀ ਕਮਾਈ ਚੋਂ ਦਸਬੰਧ ਕੱਢ ਕੇ ਇਹ ਜਿਹੜੇ ਇਹ ਕੰਮ ਇਹ ਜਿਹੜੇ ਕਾਰਜ ਕਰ ਰਹੇ ਆ ਮੈਂ ਸਮਾਜ ਨੂੰ ਵੀ ਜੇ ਤੁਸੀਂ ਚਲੋ ਤੁਹਾਡੇ ਚੈਨਲ ਜਿਹੜੇ ਲੋਕ ਦੇਖਣਗੇ ਇੱਥੇ ਉਹਨੂੰ ਬੇਨਤੀ ਕਰਦਾ ਯਾਰ ਇਹ ਇਹ ਐਫਰਟ ਇਹ ਸਾਡੇ ਮਿੱਤਰ ਪੰਛੀ ਦੀ ਇਹਨਾਂ ਨਾਲ ਸਾਡੀ ਪੀੜੀਦਰ ਪੀੜੀ ਸਾਡੇ ਪੁਰਖਿਆਂ ਦੀ ਸਾਂਹ ਚੱਲੀ ਆਈ ਆ ਆਪਾਂ ਇਹਨਾਂ ਨੂੰ ਕਿਨਾਰਾ ਕਰ ਲਿਆ ਪਾਸਾ ਮੁਖ ਮੋੜ ਲਿਆ ਨਾ ਤਾਂ ਆਪਾਂ ਸੋ ਆਓ ਆਪਾਂ ਯਾਰ ਉਹ ਜਿਹੜੀ ਸਾਡੀ ਸਾਂਹ ਹੈ ਇਹਨਾਂ ਨਾਲ ਪੁਰਖਿਆਂ ਦੀ ਉਹਨੂੰ ਦੁਬਾਰੇ ਜੋੜੀਏ ਹੁਣ 20-25 ਸਾਲ ਤੋਂ ਸਾਂਹ ਟੁੱਟ ਗਈ ਪੰਛੀ ਲੋਪ ਹੋ ਗਏ ਬਹੁਤ ਸਾਰੀਆਂ ਪ੍ਰਜਾਤੀਆਂ ਚਲੀਆਂ ਗਈਆਂ ਬਹੁਤ ਸਾਰੀਆਂ ਜਾਨ ਕਿਨਾਰੇ ਨੇ ਉਹਨਾਂ ਨੂੰ ਬਚਾਉਣ ਲਈ ਮੈਂ ਐਫਰਟ ਕਰ ਰਿਹਾ ਕਿਵੇਂ ਦੇਖਦੇ ਹੋ ਕਿ ਜਿਵੇਂ ਮਨੁੱਖ ਹੈ ਜਿਹੜਾ ਹੁਣ ਜਿਵੇਂ ਪੰਜਾਬ ਦੀ ਗੱਲ ਕਰੀਏ ਕਿਸਾਨ ਝੋਨੇ ਦੀ ਖੇਤੀ ਕਰਦਾ ਹੈ ਜਾਂ ਕਣਕ ਦੀ ਖੇਤੀ ਕਰਦਾ ਹੈ ਤਾਂ ਉਹਨਾਂ ਦੇ ਉੱਪਰ ਜਿਹੜਾ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਹੁੰਦਾ ਹੈਗਾ ਤਾਂ ਹੁਣ ਕਿਵੇਂ ਦੇਖਦੇ ਹੋ ਵੀ ਜਿਹੜੇ ਮਿੱਤਰ ਪੰਛੀ ਜਿਹੜੇ ਕਿਸਾਨ ਦੇ ਕਿਹਾ ਜਾਂਦੇ ਸੀਗੇ ਉਹ ਵੀ ਹੁਣ ਖੇਤਾਂ 'ਚ ਨਹੀਂ ਦਿਖਦੇ ਹੈਗੇ ਪਹਿਲਾਂ ਬਹੁਤ ਸਾਰੇ ਇਦਾਂ ਦੇ ਪੰਛੀ ਜਿਹੜੇ ਆਮ ਖੇਤਾਂ 'ਚ ਦਿਖਦੇ ਸੀਗੇ ਤਾਂ ਤੁਹਾਨੂੰ ਲੱਗਦਾ ਵੀ ਜਿਹੜਾ ਇਸ ਤਰ੍ਹਾਂ ਦੇ ਜੇ ਪਹਿਲ ਕਦਮ ਅਸੀਂ ਕਰਾਂਗੇ ਤਾਂ ਉਹ ਚੀਜ਼ਾਂ ਨੂੰ ਮੋੜਾ ਪੈ ਸਕਦਾ ਹੈ ਅਸਲ ਦੇ ਵਿੱਚ ਬਿਲਕੁਲ ਕਿਸਾਨ ਦੇ ਮਨੁੱਖ ਦੇ ਮਿੱਤਰ ਪੰਛੀ ਨੇ ਜਿਹੜੀ ਪ੍ਰਮਾਤਮਾ ਨੇ ਅਸਲ ਤਾਂ ਸਹੀ ਗੱਲ ਤੇ ਹੈ ਜੋ ਪ੍ਰਮਾਤਮਾ ਨੇ ਚੀਜ਼ ਬਣਾਈ ਹੈ ਨਾ ਧਰਤੀ ਤੇ ਪੇੜ ਪੌਦੇ ਫੁੱਲ ਪੱਤੀਆਂ ਜੋ ਵੀ ਜੀਵ ਜੰਤੂ ਪੰਛੀ ਦੀ ਕਿੰਨੀ ਕਿੰਨੀ ਸੋਹਣੀਆਂ ਸੋਹਣੀਆਂ ਪ੍ਰਜਾਤੀਆਂ ਦੇ ਪੰਛੀ ਨੇ ਇਹ ਇਹ ਸਾਰਿਆਂ ਦਾ ਜਿਉਂਦੇ ਰਹਿਣਾ ਜ਼ਰੂਰੀ ਆ ਹੂੰ ਅਸੀਂ ਨੇ ਨੇਚਰ ਨਾਲ ਅਸੀਂ ਖਲਵਾੜ ਕੀਤਾ ਵੱਡੇ ਪੱਧਰ ਤੇ ਮਨੁੱਖ ਨੇ ਅਸੀਂ ਜਿਹੜਾ ਸਾਰਾ ਢਾਂਚਾ ਤੈਸ ਨੈਸ ਕਰਤਾ ਵਿਗਾੜਤਾ ਕੁਦਰਤੀ ਖੇਤੀ ਤਾਂ ਰਹੀ ਨਹੀਂ ਹੁਣ ਸਾਡੇ ਪੁਰਖੇ ਕੁਦਰਤੀ ਖੇਤੀ ਕਰਦੇ ਸੀ ਜੇ ਆਪਾਂ 35 40 ਸਾਲ 40 ਸਾਲ ਪਹਿਲਾਂ ਦੀ ਗੱਲ ਕਰੀਏ ਉਦੋਂ ਕੁਦਰਤੀ ਖੇਤੀ ਸੀ ਹੁਣ ਕੁਦਰਤੀ ਖੇਤੀ ਨਹੀਂ ਹੈਗੀ ਕਣਕ ਝੋਨਾ ਸਾਡੀ ਪੰਜਾਬੀਆਂ ਦੀ ਖੁਰਾਕ ਨਹੀਂ ਹੈਗੀ ਕਣਕ ਤੇ ਚਾਵਲ ਨਹੀਂ ਸਾਡੇ ਪੁਰਖੇ ਖਾਂਦੇ ਸੀਗੇ ਸਾਡੇ ਸਾਡੇ ਪੁਰਖੇ ਖਾਂਦੇ ਸੀਗੇ ਬਾਜਰਾ ਮੱਕੀ ਛੋਲੇ ਜਵਾਰ ਇਹ ਚੀਜ਼ ਇਹ ਇਹ ਇਹਨਾਂ ਚੀਜ਼ਾਂ ਦੀ ਰੋਟੀ ਖਾਂਦੇ ਸੀ ਇਹੀ ਫਸਲਾਂ ਸੀ ਜੇ ਸਾਡੀ ਜੀਵਨ ਚੋਂ ਚਲੀਆਂ ਗਈਆਂ ਸੋ ਇਹ ਮਨੁੱਖ ਨੇ ਸਾਰਾ ਸਿਸਟਮ ਖਰਾਬ ਕੀਤਾ ਢਾਂਚਾ ਵਾਤਾਵਰਨ ਖਰਾਬ ਕੀਤਾ ਪੰਛੀਆਂ ਦਾ ਕੀ ਹੋਊਗਾ ਰਹਿਣ ਬਸੇਰੇ ਬਣਾਉਂਦੇ ਥਾਵਾਂ ਖੋਲੀਆਂ ਪੰਛੀਆਂ ਤੋਂ ਹੂੰ ਪੰਛੀਆਂ ਦੀ ਕੀ ਮਰਨ ਦੀ ਜਿਹੜੀ ਮਰਨ ਦੀ ਕਿਰਿਆ ਉਹ ਚੱਲਦੀ ਰਹੀ ਜਿਹੜੀ ਜਨਮ ਦੀ ਕਿਰਿਆ ਸੀ ਉਹ ਉਹ ਡਾਊਨ ਹੋ ਗਈ ਘਟ ਗਈ ਹੂੰ ਕਿਉਂਕਿ ਸਾਡੇ ਟਿੱਬੇ ਸੀ ਜਿਹੜੇ ਬਹੁਤ ਸਾਰੀਆਂ ਪ੍ਰਜਾਤੀਆਂ ਟਿੱਬੇ ਦੇ ਖੁੱਡਾਂ 'ਚ ਬਰੀਡਿੰਗ ਕਰਦੀਆਂ ਸੀ ਟਿੱਬੇ ਚੱਕ ਤੇ ਅਸੀਂ ਧਰਤੀ ਥਾਲੀ ਵਾਂਗੂ ਪੱਧਰ ਕਰਤੀ ਪਰ ਜੋ ਪ੍ਰਮਾਤਮਾ ਨੇ ਚੀਜ਼ ਉੱਚੀ ਨਹੀਂ ਵੀ ਬਣਾਈ ਸੀ ਉਹਦਾ ਕੋਈ ਰੀਜ਼ਨ ਸੀ ਲੌਜਿਕਸ ਸੀ ਹੂੰ ਬਰਸਤੀ ਰੁੱਖ ਅਸੀਂ ਇਹ ਸਾਰੇ ਪੱਤੇ ਹੂੰ ਘਰਾਂ ਜੀ ਸਾਡੀ ਬਣਤਰ ਉਸ ਤਰ੍ਹਾਂ ਦੀ ਹੋ ਗਈ ਪੱਕ ਡੰਗਰ ਵਾਲੇ ਬਰਾਂਡਿਆਂ ਚ ਨੀਰ ਵਾਲੀਆਂ ਸੁਭਾਤਾਂ ਚੁੜੀਆਂ ਚਿੜੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਘੁੱਗੀਆਂ ਗੁਟਾਰਾਂ ਸਾਡੇ ਘਰਾਂ ਚ ਮਨੁੱਖ ਦੇ ਨਾਲ ਨਾਲ ਹੀ ਉੱਥੇ ਮੰਜੇ ਆਪਣੇ ਹੁੰਦੇ ਨੀਚੇ ਉੱਪਰ ਪੰਛੀ ਬੋਲੀ ਜਾਂਦੇ ਮਤਲਬ ਕਿ ਸੱਤਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸੀ ਨੇ ਖੋਲੀਆਂ ਸੋ ਅੱਜ ਆਪਾਂ ਸਿੱਧਾ ਕਿਹ ਲਈ ਮਨੁੱਖ ਦਾ ਇਸ ਇਸ ਸਾਈਡ ਨੂੰ ਕੋਈ ਧਿਆਨ ਨਹੀਂ ਹੈਗਾ ਪੰਛੀਆਂ ਵੱਲ ਪ੍ਰਕਿਰਤੀ ਵੱਲ ਇਹੀ ਕਾਰਨ ਹੈ ਕਿ ਖੇਤੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਨਾ ਪੈਸਟੀਸਾਈਡ ਦਾ ਵਾਧਾ ਹੋਣਾ ਇਹਦਾ ਕਾਰਨ ਇਹ ਹੈ ਨੈਚਰ ਨਾਲ ਖਲਵਾੜ ਉਦਰਤ ਨਾਲ ਜਿਹੜੇ ਪੰਛੀ ਸੀ ਇਹ ਜਿਹੜੇ ਫਸਲਾਂ ਦੇ ਵਿਰੋਧੀ ਕੀੜੇ ਮਕੌੜੇ ਨੇ ਉਹਨੂੰ ਜਦੋਂ ਉਹਨੋਂ ਪੰਛੀ ਨਹੀਂ ਰਹੇ ਜਦੋਂ ਹਲ ਵਾਉਂਦੇ ਪਹਿਲਾ ਬਜ਼ੁਰਗ ਉਦੋਂ 18 ਚੁੜੀਆਂ ਦੀਆਂ ਗੁਟਾਰਾਂ ਦੀਆਂ ਮਗਰ ਪੰਛੀ ਕਿਹੜੀਆਂ ਤਰ੍ਹਾਂ ਦੀਆਂ ਪ੍ਰਜਾਤੀਆਂ ਮਗਰ ਉਹ ਮਗਰ ਮਗਰ ਫਿਰਦੀਆਂ ਹੁੰਦੀਆਂ ਸੁੰਡੀਆਂ ਨੂੰ ਜਿਹੜੀਆਂ ਹੈਗੀਆਂ ਖਾਂਦੀਆਂ ਹੁੰਦੀਆਂ ਉਹ ਪੰਛੀ ਲੋਪ ਹੋ ਗਏ ਉਹਨਾਂ ਨੂੰ ਬਚਾਉਣ ਲਈ ਆਪਾਂ ਐਫਰਟ ਕਰ ਰਹੇ ਹਾਂ ਸਮਾਜ ਨੂੰ ਹੀ ਸੁਨੇਹਾ ਦੇ ਰਹੇ ਹਾਂ 16 ਸਾਲ ਤੋਂ ਕਿ ਤੁਸੀਂ ਵੀ ਐਫਰਟ ਕਰੋ ਮਿੱਤਰ ਪੰਛੀਆਂ ਨੂੰ ਬਚਾਓ ਤੇ ਤਾਂ ਹੀ ਧਰਤੀ ਇਹ ਕਹਿੰਦਾ ਜੋ ਪ੍ਰਮਾਤਮਾ ਨੇ ਬਣਾਈ ਹੈ ਤਾਂ ਹੀ ਰੰਗ ਬਰੰਗੀ ਹੈ ਇਹ ਜੇ ਸਾਰੀਆਂ ਸਾਰੀਆਂ ਪ੍ਰਜਾਤੀਆਂ ਜੀ ਆਉਂਦੀਆਂ ਰਹਿਣ ਕੀ ਜਿਵੇਂ ਇੱਕ ਤੁਸੀਂ ਮੈਂ ਤੁਸੀਂ ਗੱਲ ਕਰੀਏ ਬਚਾਉਣ ਦੀ ਧੂਆਂ ਵੀ ਜਿਹੜਾ ਸਭ ਤੋਂ ਵੱਡਾ ਜਿਵੇਂ ਹੁਣ ਪ੍ਰਾਲੀ ਨੂੰ ਅੱਕਾ ਲੱਗਣਗੇ ਤਾਂ ਪੰਛੀਆਂ ਨੂੰ ਪਰੇਸ਼ਾਨੀ ਤਾਂ ਹੁੰਦੀ ਹੈ ਕੋਕਲੀਓ ਤਾਂ ਹੈ ਤਾਂ ਉਹ ਤਾਂ ਟੋਟਲੀ ਸਾਰਾ ਸਿਸਟਮ ਵਿਗੜ ਗਿਆ ਨਾ ਉਦਰਤੀ ਖੇਤੀ ਰਹੀ ਨਹੀਂ ਰੇਹਾਂ ਸਪਰੇਹਾਂ ਦੀ ਖੇਤੀ ਰਹਿ ਗਈ ਉਦਰਤੀ ਖੇਤੀ ਖੇਤੀ ਤਾਂ ਹੈ ਨਹੀਂ ਹੁਣ ਮੈਂ ਅਸੀਂ ਉਹ ਨਿੱਕੇ ਹੁੰਦੇ 15 ਤੋਂ ਵੱਧ ਫਸਲਾਂ ਵਿੱਚਦੀਆਂ ਹੁੰਦੀਆਂ ਸਾਡੇ ਆਪਣੇ ਖੇਤ ਦੇ ਵਿੱਚ ਮੈਂ ਮੂੰਗਫਲੀ ਦੀਆਂ ਟਰਾਲੀਆਂ ਤੇ ਬਹਿ ਕੇ ਆਇਆ ਮੂੰਗੀ ਦੀਆਂ ਟਰਾਲੀਆਂ ਤੇ ਬਹਿ ਕੇ ਗਿਆ ਹੋਇਆ ਠੀਕ ਆ ਬਹੁਤ ਸਰੀਆਂ ਗਗਮਾਰਾ ਹੁੰਦਾ ਤੇ ਕਪਾਹ ਹੁੰਦੀ ਨਰਮਾ ਹੁੰਦਾ ਮਲਕੀ 15 ਤੋਂ ਵੱਧ ਫਸਲਾਂ ਗੰਨੇ ਦੀਆਂ ਟਰਾਲੀਆਂ ਤੇ ਗੰਨੇ ਗੰਨਾ ਹੁੰਦਾ ਬਹੁਤ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਹੁਣ ਕਣਕ ਚੋਂ ਨਾ ਮੁੱਖ ਫਸਲ ਹੋ ਗਈ ਪੰਜਾਬ ਦੀ ਕੀ ਬਣਨਾ ਕੋਈ ਪ੍ਰਮਾਤਮਾ ਕੁਦਰਤੀ ਗੇੜ ਆ ਜੇ ਦੇਖੋ ਆ ਜੇ ਕੋਈ ਤਬਦੀਲੀ ਕੋਈ ਆ ਜਾਂਦਾ ਚੇਂਜ ਪਰ ਪ੍ਰਮਾਤਮਾ ਲੈ ਕੇ ਆਵੇ ਕੋਈ ਠੀਕ ਹੈ ਜਿਵੇਂ ਹੁਣ ਮੇਰਾ ਧਿਆਨ ਆਪਾਸੇ ਨੂੰ ਆ ਗਿਆ ਤੇ ਐਂ ਤੱਕ ਹੋ ਜੇ ਹੋ ਜੇ ਨਹੀਂ ਉਹਦਾ ਤਾਂ ਕੋਈ ਸੰਭਵ ਨਹੀਂ ਹੁਣ ਨਾੜ ਵੀ ਜਲਦਾ ਸਾਰਾ ਕੁਝ ਹੀ ਤੁਹਾਨੂੰ ਪਤਾ ਪਰਿਵਰਣ ਤਾਂ ਖਰਾਬ ਹੋਈ ਰਿਹਾ ਤਾਂ ਜਿੱਥੇ ਲਗਾਤਾਰ ਵਾਤਾਵਰਣ ਖਰਾਬ ਹੋ ਰਿਹਾ ਤਾਂ ਉੱਥੇ ਹੀ ਕੁਝ ਲੋਕ ਇਹੋ ਜਿਹੇ ਵੀ ਨੇ ਜੋ ਇਸ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਜਿਵੇਂ ਕਿ ਲਸ਼ਮਣ ਸਿੰਘ ਨੇ ਆਪਣੇ ਖੇਤ 'ਚੋਂ ਪ੍ਰਾਲਾਪ ਕੀਤਾ ਤਾਂ ਇਸ ਤੋਂ ਇਲਾਵਾ ਉਹ ਦੱਸ ਰਹੇ ਨੇ ਕਿ 2016 ਤੋਂ ਹੀ ਉਹ ਲਗਾਤਾਰ ਪੰਛੀਆਂ ਲਈ ਪਾਣੀ ਦੇ ਕਟੋਰੇ ਤੇ ਆਲਣੇ ਜਿਹੜੇ ਆਪਣੇ ਨਿੱਜੀ ਪੈਸਿਆਂ ਦੇ ਵਿੱਚੋਂ ਇਹ ਕਾਰਜ ਕਰਦੇ ਆ ਰਹੇ ਨੇਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ